ਹੈਲੋ एवरीवन ਅ ਵੈਲਕਮ ਟੂ 올 ਐਸ ਵੀ 올 ਨੂੰ ਕਿ ਅਸੀਂ ਸਵਿਕਸ ਦੀਆਂ ਆਪਣੀਆਂ ਵੀਡੀਓਜ਼ ਕੰਟੀਨਿਊ ਕੀਤੇ ਹੋਈਆਂ ਸੀ ਅਸੀਂ ਪੀ ਐਸਟੈਟ ਦੀ ਤਿਆਰੀ ਕਰ ਰਹੇ ਹਾਂ ਤੇ ਵੀ ਇਹ ਥੋੜੀ ਸਾਜ਼ਗਰ ਨਾ ਹੋਣ ਕਰਕੇ ਆਪਾਂ ਆਪਣੀਆਂ ਅਗਲੀਆਂ ਕੁਝ ਵੀਡੀਓਜ਼ ਇਸੇ ਤਰੀਕੇ ਨਾਲ ਰਿਕਾਰਡ ਕਰਾਂਗੇ ਤੇ ਹੁਣ ਤੱਕ ਆਪਾਂ ਨੇ ਸਵਿਕਸ ਦੇ ਡਾਈਵਰਸਿਟੀ ਗਵਰਨਮੈਂਟ ਲੋਕਲ ਗਵਰਨਮੈਂਟ ਮੇਕਿੰਗ ਅ ਲੀਵਿੰਗ ਇਹ ਚਾਰ ਟੌਪਿਕ ਹੁਣ ਤੱਕ ਆਪਾਂ ਡਿਸਕਸ ਕਰ ਚੁੱਕੇ ਹਾਂ ਤੇ ਪੰਜ ਲੈਕਚਰ ਤੁਹਾਡੇ ਤੱਕ ਪਹੁੰਚ ਚੁੱਕੇ ਨੇ ਅਗਰ ਆਪਾਂ ਗਵਰਨਮੈਂਟ ਦੀ ਗੱਲ ਕਰੀਏ ਤੇਨੂੰ ਆਪਾਂ ਨੇ 2 ਲੈਕਚਰਸ ਦੇ ਵਿੱਚ ਡਿਵਾਈਡ ਕੀਤਾ ਸੀਗਾ ਤੇ ਲੋਕਲ ਗਵਰਨਮੈਂਟ ਆਪਨੇ ਕਲੈਂਥੀ ਜੋ ਲੈਕਚਰ ਉਹ ਬਣਿਆ ਸੀਗਾ ਠੀਕ ਹੈ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇੱਥੇ ਤੱਕ ਦਾ ਮੇਕਿੰਗ ਅ ਮੇਕਿੰਗ ਅ ਲੀਵਿੰਗ ਤੱਕ ਦਾ ਜੋ ਟੌਪਿਕ ਨੇ ਹੋ ਅੱਛੇ ਤਰੀਕੇ ਨਾਲ ਸਮਝ ਆ ਗਏ ਹੋਣਗੇ ਤੇ ਅੱਜ ਜੋ ਅਸੀਂ ਸਟਾਰਟਿੰਗ ਕਰਨ ਜਾ ਰਹੇ ਹਾਂ ਉਹ ਹੈ ਡੈਮੋਕ੍ਰੇਸੀ ਡੈਮੋਕ੍ਰੇਸੀ ਅ ਅਗਰ ਦੇਖਿਆ ਜਾਵੇ ਤਾਂ ਪੋਲਿਟੀਕਲ ਸਿਸਟਮ ਦਾ ਜਾਂ ਫਿਰ ਸਵਿਕਸ ਦਾ ਇੱਕ ਮੇਨ ਪਾਰਟ ਹੈ ਤੇ ਡੈਮੋਕ੍ਰੇਸੀ ਦੀ ਆਪਾਂ ਗੱਲ ਕਰਦੇ ਹਾਂ ਤੁਸੀਂ ਅਕਸਰ ਇੱਕ ਗੱਲ ਸੁਣੀ ਹੋਊਗੀ ਕਿ ਇੰਡੀਆ ਇ तु अक्सर एक गल आ, सुनी होगी या पढ़ी होगी कि इंडिया इज़ अ डेमोक्रेटिक क्रेटिक कंट्री ए मतलब क्या डेमोक्रेटिक का मतलब क्या या फिर थोड़े एक लाइन और पढ़ी होगी कि मैनी कंट्रीज़ बहुत सारिया कंट्रीज़ ने मैनी कंट्रीज़ ऑल ओवर द वर्ल्ड डिमांडिंग डेमोक्रेसी मैनी कंट्रीज़ ऑल ओवर द वर्ल्ड ਡਿਮਾਂਡਿੰਗ ਡੈਮੋਕ੍ਰੇਸੀ ਕਿ ਵੀ ਡੈਮੋਕ੍ਰੇਸੀ ਦੀ ਉਹ ਡਿਮਾਂਡ ਕਰਦੀ ਨੇ ਤਾਂ ਗਾਇਜ਼ ਇੱਥੇ ਮਸਲਾ ਕੀ ਆ ਡੈਮੋਕ੍ਰੇਸੀ ਦੀ ਡਿਮਾਂਡ ਕਿਉਂ ਹੋ ਰਹੀ ਆ ਜਾਂ ਫਿਰ ਡੈਮੋਕ੍ਰੇਸੀ ਕੀ ਆ ਤੁਹਾਨੂੰ ਅਗਲਾ ਜੋ ਲੈਕਚਰ ਆ ਮਤਲਬ ਇਹਦੇ ਇਸ ਲੈਕਚਰ ਦੇ ਅਗਲੇ ਪਾਰਟਸ ਦੇ ਵਿੱਚ ਅੱਗੇ ਜਾ ਕੇ ਤੁਹਾਨੂੰ ਇਸ ਚੀਜ਼ ਦੀ ਭਰੀ ਪਾਂਤੀ ਸਮਝ ਆ ਜਾਏਗੀ ਕਿ ਡੈਮੋਕ੍ਰੇਸੀ ਹੁੰਦੀ ਕੀ ਹੈ ਤੁਸੀਂ ਇਸ ਤੋਂ ਪਹਿਲਾਂ ਇੱਕ ਚੀਜ਼ ਜ਼ਰੂਰ ਨੋਟ ਕਰੋ ਕਿ ਪੂਰੀ ਦੁਨੀਆ ਦੇ ਵਿੱਚ ਅਗਰ ਆਪਾਂ ਪੂਰੀ ਦੁਨੀਆ ਦੀ ਗੱਲ ਕਰੀਏ ਇੰਡੀਆ ਇਜ਼ ਦਾ largest democracy india is the largest democracy in the world pure sansar de vich india sab ton largest country aa jidhe democratic country hai theek hai te is to baad masla aa reha hai ki democracy da meaning ki hai ਡੈਮੋਕ੍ਰੇਸੀ ਦਾ ਮੀਨਿੰਗ ਕੀ ਆ ਅਸਲ ਦੇ ਵਿੱਚ ਜਿਹੜਾ ਡੈਮੋਕ੍ਰੇਸੀ ਵਰਡ ਆ ਇਹ ਗ੍ਰੀਕ ਭਾਸ਼ਾ ਦੇ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ ਗ੍ਰੀਕ ਭਾਸ਼ਾ ਦੇ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਇੱਕ ਦਾ ਨਾਮ ਹੈਗਾ ਡਿਮੋਸ ਤੇ ਦੂਸਰੇ ਦਾ ਨਾਮ ਹੈਗਾ ਇਹ ਕ੍ਰੈਟਾਇਆ ਜਦੋਂ ਆਪਾਂ ਡਿਮੋਸ ਦੀ ਗੱਲ ਕਰਦੇ ਆ ਤਾਂ ਡਿਮੋਸ ਦਾ ਮਤਲਬ ਹੁੰਦਾ ਹੈ ਪੀਪਲ ਲੋਕ ਤੇ ਕ੍ਰੈਟਾਇਆ ਦਾ ਮਤਲਬ ਹੁੰਦਾ ਹੈ ਰੂਲ ਤਾਂ ਇਸ ਦਾ ਮਤਲਬ ਕੀ ਹੋਇਆ ਇਸ ਦਾ ਮਤਲਬ ਹੋਇਆ ਉਹ ਵਾਲੀ ਜਗਾ ਜਿੱਥੇ ਲੋਕ ਰੂਲ ਕਰਦੇ ਨੇ ਪੀਪਲ ਰੂਲ ਕਰਦੇ ਨੇ ਜਿੱਥੇ ਇੱਕ ਸੋਸਾਇਟੀ ਨੂੰ ਕੌਣ ਚਲਾਉਂਦਾ ਹੈ ਲੋਕ ਚਲਾਉਂਦੇ ਨੇ ਜਿੱਥੇ ਇੱਕ ਸੋਸਾਇਟੀ ਦੇ ਰੂਲ ਐਂਡ ਰੈਗੂਲੇਸ਼ਨ ਕੌਣ ਬਣਾਉਂਦਾ ਹੈ ਲੋਕ ਬਣਾਉਂਦੇ ਨੇ ਜਿੱਥੇ ਜਿੰਨੇ ਵੀ ਫੈਸਲੇ ਨੇ ਜਿੰਨੇ ਵੀ ਡਿਸੀਜਨ ਨੇ ਕੌਣ ਲੈ ਰਿਹਾ ਹੈ ਲੋਕ ਲੈ ਰਹੇ ਨੇ ਤਾਂ ਹੁਣ ਇੱਥੇ ਆਪਣੀ ਚੀਜ਼ ਦੇਖਣੀ ਆ ਕਿ ਲੋਕ ਪੀਪਲ ਖੁਦ ਲੈ ਰਹੇ ਨੇ ਜਾਂ ਕਿਸੇ ਦੇ ذریعے ਲੈ ਰਹੇ ਨੇ ਠੀਕ ਹੈ ਤਾਂ ਕਹਿਣ ਦਾ ਮਤਲਬ ਕੀ ਆ ਡੈਮੋਕ੍ਰੇਸੀ ਦਾ मीनिंग ਕੀ ਆ ਉਹ ਵਾਲੀ ਜਗਾ ਉਹ ਵਾਲਾ ਏਰੀਆ ਉਹ ਵਾਲਾ ਸਿਸਟਮ ਜਿੱਥੇ ਲੋਕ ਸ਼ਾਸਨ ਕਰਦੇ ਹੋਣ ਜਿੱਥੇ ਲੋਕ ਰੂਲ ਕਰਦੇ ਹੋਣ ਜਿੱਥੇ ਲੋਕ ਆਪਣੇ ਵਾਸਤੇ ਰੂਲ ਐਂਡ ਰੈਗੂਲੇਸ਼ਨ ਬਣਾਉਂਦੇ ਹੋਣ ਠੀਕ ਹੈ ਤੇ ਡੈਮੋਕ੍ਰੇਸੀ ਆ ਚੀਜ਼ ਨੂੰ ਦੇਖਦੇ ਹੋਏ ਇਸ ਇਸ ਸਵਾਲ ਨੂੰ ਦੇਖਦੇ ਹੋਏ ਕਿ ਪੀਪਲ ਖੁਦ ਡਿਸੀਜਨ ਲੈ ਰਹੇ ਨੇ ਜਾਂ ਕਿਸੇ ਨੂੰ ਚੂਜ਼ ਕਰ ਰਹੇ ਨੇ ਤਾਂ ਇਸ ਵਾਸਤੇ ਆਪਾਂ ਡੈਮੋਕ੍ਰੇਸੀ ਨੂੰ ਦੋ ਭਾਗਾਂ ਦੇ ਵਿੱਚ ਵੰਡਦੇ ਆ ਇੱਕ ਹੁੰਦੀ ਆ ਡਾਇਰੈਕਟ ਡੈਮੋਕ੍ਰੇਸੀ ਇੱਕ ਹੁੰਦੀ ਆ ਇਨਡਾਇਰੈਕਟ ਡੈਮੋਕ੍ਰੇਸੀ ਜਦੋਂ ਅਸੀਂ ਡਾਇਰੈਕਟ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ ਫੋਰ ਐਗਜ਼ਾਮਪਲ ਇੱਕ ਸੁਸਾਇਟੀ ਆ ਇੱਕ ਸੁਸਾਇਟੀ ਆ ਇਸ ਦੇ ਵਿੱਚ ਆਪਾਂ ਨੇ ਕੋਈ ਰੂਲ ਪਾਸ ਕਰਨਾ ਹੈ ਕੋਈ ਸੜਕਾਂ ਬਣਵਾਉਣੀਆਂ ਨੇ ਕੋਈ ਬਿਜਲੀ ਮਾਫ ਕਰਨੀਆਂ ਕੋਈ ਵੀ ਰੂਲ ਪਾਸ ਕਰਨੇ ਤਾਂ ਜਿੰਨੇ ਵੀ ਸੋਸਾਇਟੀ ਦੇ ਲੋਕ ਨੇ ਇਹ ਸਾਰੇ ਬੈਠੇ ਮੀਟਿੰਗ ਦੇ ਵਿੱਚ ਇਹਨਾਂ ਸਾਰਿਆਂ ਨੇ ਬੈਠ ਕੇ ਮੀਟਿੰਗ ਕੀਤੀ ਤੇ ਇੱਕ ਫੈਸਲਾ ਕਰ ਲਿਆ ਕਿ ਅਸੀਂ ਆ ਚੀਜ਼ ਕਰ ਰਹੇ ਹਾਂ ਤਾਂ ਇਹ ਤਾਂ ਹੋ ਗਈ ਡਾਇਰੈਕਟ ਡੈਮੋਕ੍ਰੇਸੀ ਜਿੱਥੇ ਲੋਕਾਂ ਦੀ ਡਾਇਰੈਕਟ ਇਨਵੋਲਵਮੈਂਟ ਜਿੱਥੇ ਲੋਕੀ ਡਾਇਰੈਕਟ ਇਨਵੋਲਵ ਹੋ ਰਹੇ ਨੇ ਉਸ ਨੂੰ ਅਸੀਂ ਕਹਿੰਦੇ ਆ ਡਾਇਰੈਕਟ ਡੈਮੋਕ੍ਰੇਸੀ ਇਸ ਤੋਂ ਬਾਅਦ ਸਾਡੇ ਕੋਲ ਆ ਰਹੀ ਆ ਇਨਡਾਇਰੈਕਟ ਡੈਮੋਕ੍ਰੇਸੀ ਇੱਕ ਸੋਸਾਇਟੀ ਆ ਬਹੁਤ ਸਾਰੇ ਲੋਕ ਨੇ ਥੇ ਇਹਨਾਂ ਲੋਕਾਂ ਨੇ ਕੀ ਕੀਤਾ ਕਿਸੇ ਇੱਕ ਬੰਦੇ ਨੂੰ ਵੋਟਾਂ ਪਾ ਕੇ ਚੂਜ਼ ਕਰ ਲਿਆ ਕਿ ਭਾਈ ਸਾਡੇ ਵਾਸਤੇ ਰੂਲ ਐਂਡ ਰੈਗੂਲੇਸ਼ਨ ਤੂੰ ਬਣਾਵੇਂਗਾ ਸਾਡੇ ਵਾਸਤੇ ਰੂਲ ਐਂਡ ਰੈਗੂਲੇਸ਼ਨ ਆ ਇੱਕ ਬੰਦਾ ਜਿਹਨੂੰ ਅਸੀਂ ਚੂਜ਼ ਕਰ ਲਿਆ ਇਹ ਬਣਾਊਗਾ ਲਾਈਕ ਆਪਣਾ ਐਮ ਐਲ ਏ ਹੋ ਗਿਆ ਆਪਣਾ ਐਮ ਸੀ ਹੋ ਗਿਆ ਆਪਣਾ ਐਮ ਪੀ ਹੋ ਗਿਆ ਅਸੀਂ ਕੋਈ ਇੱਕ ਬੰਦਾ ਆਪਣੇ ਏਰੀਆ ਦਾ ਚੂਜ਼ ਕਰ ਲਿਆ ਜਿਹੜਾ ਸਾਡੇ ਵਾਸਤੇ ਰੂਲ ਐਂਡ ਰੈਗੂਲੇਸ਼ਨ ਬਣਾਵੇਗਾ ਤਾਂ ਇੱਥੇ ਇਸ ਬੰਦੇ ਨੂੰ ਫੈਸਲੇ ਕਰਨ ਵਾਸਤੇ ਚੂਸ ਕਿਨੇ ਕੀਤਾ ਆਮ ਲੋਕਾਂ ਨੇ ਤਾਂ ਸਵਾਲ ਕੀ ਹੋਇਆ ਜਾਂ ਮਤਲਬ ਸਿਸਟਮ ਕੀ ਬਣਿਆ ਕਿ ਜਿਹੜੇ ਆਮ ਲੋਕ ਨੇ ਇਹ ਕਿਸੇ ਨੂੰ کہہ ਰਹੇ ਨੇ ਕਿ ਭਾਈ ਸਾਡੇ ਬਿਹਾਫ ਦੇ ਉੱਪਰ ਤੂੰ ਫੈਸਲਾ ਲੈ ਸਾਡੇ ਬਿਹਾਫ ਤੇ ਉੱਪਰ ਤੂੰ ਫੈਸਲਾ ਲੈ ਤੇ ਮਤਲਬ ਇੱਥੇ ਅਗਰ ਦੇਖਿਆ ਜਾਵੇ ਤਾਂ ਇਨਡਾਇਰੈਕਟਲੀ ਆ ਜਿਹੜੇ ਫੈਸਲੇ ਹੋ ਰਹੇ ਨੇ ਇਨਡਾਇਰੈਕਟਲੀ ਕਿਹਨਾਂ ਦੀ ਮਰਜ਼ੀ ਚੱਲ ਰਹੀ ਹੈ ਅਗਰ ਦੇਖਿਆ ਜਾਵੇ ਇਨਡਾਇਰੈਕਟਲੀ ਲੋਕਾਂ ਦੀ ਉਹ ਮਰਜ਼ੀ ਚੱਲ ਰਹੀ ਹੈ ਨਾ ਤਾਂ ਫਿਰ ਜਿੱਥੇ ਲੋਕ ਖੁਦ ਫੈਸਲੇ ਲੈ ਰਹੇ ਨੇ ਉਹਨੂੰ ਅਸੀਂ ਡਾਇਰੈਕਟ ਡੈਮੋਕ੍ਰੇਸੀ ਕਹਿੰਦੇ ਆ ਜਿੱਥੇ ਅਸੀਂ ਕਿਸੇ ਇੱਕ ਨੂੰ ਚੂਜ਼ ਕਰ ਲਿਆ ਕਿ ਭਾਈ ਸਾਡੇ ਵਿਆਹ ਦੇ ਉੱਪਰ ਤੂੰ ਫੈਸਲਾ ਲੈ ਲਿਆ ਕਰ ਉਹਨੂੰ ਅਸੀਂ ਇਨਡਾਇਰੈਕਟ ਡੈਮੋਕ੍ਰੇਸੀ ਕਹਿੰਦੇ ਆ ਮੈਂ ਉਮੀਦ ਕਰਦਾ ਕਿ ਤੁਹਾਨੂੰ ਡਾਇਰੈਕਟ ਡੈਮੋਕ੍ਰੇਸੀ ਜਾਂ ਫਿਰ ਇਨਡਾਇਰੈਕਟ ਡੈਮੋਕ੍ਰੇਸੀ ਜਾਂ ਫਿਰ मीनिंग ਆਫ ਡੈਮੋਕ੍ਰੇਸੀ ਅੱਛੇ ਤਰੀਕੇ ਦੇ ਨਾਲ ਸਮਝ ਆ ਗਿਆ ਹੋਊਗਾ ਅੱਛਾ ਹੁਣ ਅਗਰ ਆਪਾਂ ਇਨਡਾਇਰੈਕਟ ਡੈਮੋਕ੍ਰੇਸੀ ਦੀ ਗੱਲ ਕਰੀਏ ਇਹਨੂੰ ਆਪਾਂ ਰੀਪ੍ਰੈਜ਼ੈਂਟੇਟਿਵ ਡੈਮੋਕ੍ਰੇਸੀ ਵੀ ਕਹਿ ਦਿੰਨੇ ਆ ਰੀਪ੍ਰੈਜ਼ੈਂਟੇਟਿਵ ਡੈਮੋਕ੍ਰੇਸੀ ਪਹਿਲਾਂ ਗਾਈਜ਼ ਇਹਨੂੰ ਤੁਸੀਂ ਪੰਜਾਬੀ ਚ ਵੀ ਨੋਟ ਕਰ ਲਓ ਅਕਸਰ ਤੁਹਾਡੀ ਸ਼ਿਕਾਇਤ ਰਹਿੰਦੀ ਹੈ ਕਿ ਸਰ ਪੰਜਾਬੀ ਚ ਕਰਵਾ ਦਿਆ ਕਰੋ ਇਹਨੂੰ ਪ੍ਰਤੱਖ ਲੋਕਤੰਤਰ ਕਹਿੰਦੇ ਆਪਾਂ ਤੇ ਇਨਡਾਇਰੈਕਟ ਨੂੰ ਅਪ੍ਰਤੱਖ ਲੋਕਤੰਤਰ ਕਹਿੰਦੇ ਆ ਅਪ੍ਰਤੱਖ ਲੋਕਤੰਤਰ ਤੇ ਰਿਪਰੈਜ਼ੈਂਟੇਟਿਵ ਡੈਮੋਕ੍ਰੇਸੀ ਹੁੰਦੀ ਆ ਪ੍ਰਧਨਿਧੀ ਲੋਕਤੰਤਰ ਪ੍ਰਧਨਿਧੀ ਲੋਕਤੰਤਰ ਕਹਿਣ ਦਾ ਮਤਲਬ ਪ੍ਰਧਨਿਧੀ ਵੀ ਉਹੀ ਆ ਜਦੋਂ ਕੁਝ ਇੱਕ ਲੋਕ ਮਿਲ ਕੇ ਕਿਸੇ ਆਪਣੇ ਇੱਕ ਪ੍ਰਧਨਿਧੀ ਨੂੰ ਚੂਜ਼ ਕਰਦੇ ਨੇ ਉਹਨੂੰ ਹੀ ਅਸੀਂ ਪ੍ਰਧਨਿਧੀ ਲੋਕਤੰਤਰ ਕਹਿ ਦਿੰਦੇ ਹਾਂ ਠੀਕ ਹੈ ਜੀ ਤੇ ਇਬਰਾਹਿਮ ਲਿੰਕਨ ਦੀ ਇੱਕ ਕਾਫੀ ਫੇਮਸ ਜੋ ਡੈਫੀਨੇਸ਼ਨ ਆ ਉਹ ਵੀ ਆਪਾਂ ਅਕਸਰ ਪੜ੍ਹਦੇ ਆਂ ਆਪਾਂ ਅਕਸਰ ਸੁਣਦੇ ਆਂ ਕਿ ਡੈਮੋਕ੍ਰੇਸੀ ਡੈਮੋਕ੍ਰੇਸੀ ਇਜ਼ ਅ ਫਾਰਮ ਆਫ ਗਵਰਨਮੈਂਟ ਡੈਮੋਕ੍ਰੇਸੀ ਆ ਜਿਹੜੀ ਉਹ ਫਾਰਮ ਆਫ ਗਵਰਨਮੈਂਟ ਆ ਜਿੱਥੇ ਰੂਲ ਬਣਾਏ ਜਾਂਦੇ ਨੇ ਫੋਰ ਦਾ ਪੀਪਲ ਫੋਰ ਦਾ ਪੀਪਲ ਆਫ ਦਾ ਪੀਪਲ ਬਾਏ ਦਾ ਪੀਪਲ ਬਾਏ ਦਾ ਕਿ ਲੋਕਾਂ ਦੀ ਲੋਕਾਂ ਦੁਆਰਾ ਲੋਕਾਂ ਲਈ ਬਣੀ ਸਰਕਾਰ ਨੂੰ ਅਸੀਂ ਲੋਕਤੰਤਰੀ ਸਰਕਾਰ ਕਹਿੰਦੇ ਹਾਂ ਓਕੇ ਹੁਣ ਲੋਕਤੰਤਰੀ ਸਰਕਾਰ ਦੇ ਵਿੱਚ ਇੱਕ ਚੀਜ਼ ਇੱਕ ਵਿਸ਼ੇਸ਼ਤਾ ਬੇਸ਼ੱਕ ਇਹਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਨੇ ਪਰ ਇੱਕ ਵਿਸ਼ੇਸ਼ਤਾ ਬਹੁਤ ਇੰਪੋਰਟੈਂਟ ਆ ਉਹ ਕਿਹੜੀ ਆ ਜਿਹੜੀ ਵੈਰੀ ਇੰਪੋਰਟੈਂਟ ਆ ਇਕੁਐਲਿਟੀ ਬਿਫੋਰ ਇਕੁਐਲਿਟੀ ਬਿਫੋਰ ਲਾ ਇਕੁਐਲਿਟੀ ਬਿਫੋਰ ਲਾ ਕਹਿਣ ਦਾ ਮਤਲਬ ਜਿੰਨੇ ਵੀ ਲਾਜ਼ ਨੇ 올 ਲਾਜ਼ ਅਪਲਾਈ ਇਕੁਐਲੀ ਔਨ 올 ਸਿਟੀਜ਼ਨਸ ਕਹਿਣ ਦਾ ਮਤਲਬ ਕੀ ਆ ਕਿ ਡੈਮੋਕ੍ਰੇਸੀ ਦੇ ਵਿੱਚ ਜਿਹੜੀ ਇਕੁਐਲਿਟੀ ਆ ਉਹ ਸਭ ਤੋਂ ਉੱਪਰ ਆ ਕੋਈ ਕਾਲਾ ਗੋਰਾ ਨਹੀਂ ਕੋਈ ਅਮੀਰ ਗਰੀਬ ਨਹੀਂ ਕੋਈ ਮੋਟਾ ਪਤਲਾ ਨਹੀਂ ਕੁਝ ਨਹੀਂ इक्वालिटी बिफोर लॉ मतलब के सारे इंसान लॉ दे सामने कानून दे सामने इक्वल ने जिन्ने भी इंसान ने वो सारे दे सारे कानून दे सामने इक्वल ने ओके okay? इस तो बाद अगर आप डेमोक्रेसी की गल करिए डेमोक्रेसी तो का अपन ना कुछ एक फंडामेंटल राइट्स प्रोवाइड कर दी डेमोक्रेसी आप कुछ एक फंडामेंटल जो राइट्स होंगे ने प्रोवाइड करती है तो जो तो फंडामेंटल आप फंडामेंटल राइट्स की गल करते हैं तो ईवन के अपने इंडिया की गल करते हैं तो इंडिया के आपस फंडामेंटल राइट्स दिते गए हैं तो याद करने बहुत जरूरी ने वेरी इंपोर्टेंट ने ठीक है सिक्स फंडामेंटल राइट्स जिद तो पहला आ जाता है अपना राइट टू तो इक्वलिटी रईट टू इक्वलिटी दूसरा अपने को आ जाता है रईट टू फ्रीडम राइट टू फ्रीडम तीसरा आ जाता अपना राइट अगेंस्ट खिलाफ़ राइट अगेंस्ट एक्सप्लोइटेशन एक्सप्लोइटेशन चौथा अपने को ले आ है राइट टू फ्रीडम ऑफ फ्रीडम ऑफ रिलीज़न पजवा अपने को आ जाता है कल्चरल एंड एजुकेशनल राइट ਕਲਚਰਲ ਐਂਡ ਐਜੂਕੇਸ਼ਨਲ রাইਟਸ 6 ਮਾ ਆਪਣੇ ਕੋਲ ਆ ਜਾਂਦਾ ਹੈ ਰਾਈਟ ਟੂ ਕਨਸਟੀਟਿਊਸ਼ਨਲ ਰਿਮੀਡੀਜ਼ ਰਾਈਟ ਟੂ ਕਨਸਟੀਟਿਊਸ਼ਨਲ ਰਿਮੀਡੀਜ਼ ਇਹਦਾ ਮਤਲਬ ਕੀ ਹੈ ਗਾਇਸ ਮੈਂ ਜਿਵੇਂ ਪਹਿਲਾਂ ਆਪਾਂ ਨੇ ਗੱਲ ਕੀਤੀ ਆ ਕਿ ਆਪ ਨੂੰ ਇੱਕ ਤਾਂ 6 ਫੰਡਾਮੈਂਟਲ ਰਾਈਟਸ ਤਾਂ ਆਲਰੇਡੀ ਮਿਲੇ ਹੀ ਹੋਏ ਨੇ ਪਰ ਇਹਨਾਂ 6 ਫੰਡਾਮੈਂਟਲ ਰਾਈਟਸ ਦੇ ਵਿੱਚ ਵੀ ਇਹ ਕਿਹਾ ਗਿਆ ਹੈ ਕਿ ਫ੍ਰੀडम ਤੋਂ ਵੀ ਪਹਿਲਾਂ ਭਾਈ ਅਸੀਂ ਤੁਹਾਨੂੰ ਇਕੁਐਲਿਟੀ ਦੇ ਰਹੇ ਹਾਂ ਸਾਡਾ ਦੇਸ਼ ਸਾਡਾ ਕਨਸਟੀਟਿਊਸ਼ਨ ਸਾਡਾ ਸਿਸਟਮ ਸਾਡੀ ਡੈਮੋਕ੍ਰੇਸੀ ਸਾਡੀਆਂ ਸਰਕਾਰਾਂ ਇਸ ਗੱਲ ਦੀ ਗੱਲ ਕਰਦੀਆਂ ਨੇ ਕਿ ਆਜ਼ਾਦੀ ਤਾਂ ਤੁਹਾਨੂੰ ਮਿਲਿਓ ਮਿਲੀਆ ਰਾਈਟ ਟੂ ਫ੍ਰੀडम ਤਾਂ ਤੁਹਾਡੇ ਕੋਲੇ ਹੈਗਾ ਹੀ ਹੈਗਾ ਪਰ ਰਾਈਟ ਟੂ ਫ੍ਰੀडम ਤੋਂ ਵੀ ਪਹਿਲਾਂ ਅਸੀਂ ਤੁਹਾਨੂੰ ਰਾਈਟ ਟੂ ਇਕੁਐਲਿਟੀ ਦੇ ਰਹੇ ਹਾਂ ਆਰਟੀਕਲ 14 ਤੋਂ 18 ਤੱਕ ਇਕੁਲੋਂ ਭਾਈ ਤੁਸੀਂ ਸਾਰੇ ਤੁਹਾਡੇ ਨਾਲ ਕਿਸੇ ਨਾਲ ਵੀ ਕੋਈ ਵਿਤਕਰਾ ਨਹੀਂ ਕੀਤਾ ਜਾਊਗਾ ਤੁਹਾਡੇ ਵਿੱਚ ਹਰ ਪਾਸੇ ਉਹ ਚਾਹੇ ਧਰਮ ਚਾਹੇ ਜਾਤ ਚਾਹੇ ਕੋਈ ਵੀ ਚੀਜ਼ ਆ ਸਾਰੇ ਪਾਸੇ ਉਹ ਤੁਹਾਡੇ ਵਿੱਚ ਇਕੁਐਲਿਟੀ ਰੱਖੀ ਜਾਊਗੀ ਇਸ ਤੋਂ ਬਾਅਦ ਸਾਡੇ ਕੋਲੇ ਆਉਂਦੀ ਹੈ ਰਾਈਟ ਟੂ ਫ੍ਰੀडम ਰਾਈਟ ਟੂ ਫ੍ਰੀडम ਆਪਣੇ ਕੋਲੇ ਆ ਜਾਂਦਾ ਹੈ 19ਵੇਂ ਆਰਟੀਕਲ ਤੋਂ ਲੈ ਕੇ 22ਵੇਂ ਆਰਟੀਕਲ ਤੱਕ ਕਨਸਟੀਟਿਊਸ਼ਨ ਦੇ ਆਰਟੀਕਲ ਆਪਾਂ ਅੱਗੇ ਜਾ ਕੇ ਕਰਾਂਗੇ ਵੀ ਡਿਟੇਲ ਦੇ ਵਿੱਚ ਇਸ ਤੋਂ ਬਾਅਦ ਸਾਡੇ ਕੋਲੇ ਆ ਜਾਂਦਾ ਰਾਈਟ ਅਗੇਂਸਟ ਐਕਸਪਲੋਇਟੇਸ਼ਨ ਮਤਲਬ ਕਿ ਸੋਸ਼ਣ ਦੇ ਖਿਲਾਫ ਸਾਡੇ ਕੋਲੇ ਅਧਿਕਾਰ ਆ ਅਗਰ ਕਿਸੇ ਦਾ ਕੋਈ ਸ਼ੋਸ਼ਣ ਹੋ ਰਿਹਾ ਹੈ ਤਾਂ ਅਸੀਂ ਉਹਦੇ ਖਿਲਾਫ ਆਵਾਜ਼ ਉਠਾ ਸਕਦੇ ਹਾਂ ਇਹਦੇ ਵਿੱਚ ਦੋ ਚੀਜ਼ਾਂ ਆ ਜਾਂਦੀਆਂ ਨੇ ਤੁਸੀਂ 14 ਸਾਲ ਤੋਂ ਘੱਟ ਦੇ ਬੱਚੇ ਨੂੰ ਐਜ਼ ਲੇਬਰ ਨਹੀਂ ਰੱਖ ਸਕਦੇ 14 ਸਾਲ ਤੋਂ ਘੱਟ ਦਾ ਜਵਾਕ ਤੁਸੀਂ ਲੇਬਰ ਦੇ ਰੂਪ ਦੇ ਵਿੱਚ ਵਰਤੋਂ ਨਹੀਂ ਕਰ ਸਕਦੇ ਤੁਸੀਂ ਉਹਨੂੰ ਉਹ ਤੋਂ ਕੰਮ ਨਹੀਂ ਕਰਵਾ ਸਕਦੇ ਉਹ ਤੋਂ ਮਜ਼ਦੂਰੀ ਨਹੀਂ ਕਰਵਾ ਸਕਦੇ ਦੂਸਰਾ ਤੁਸੀਂ ਕਿਸੇ ਵੀ ਇਨਸਾਨ ਨੂੰ ਵੇਚ ਨਹੀਂ ਸਕਦੇ ਵੇਚਣ ਦੀ ਮਨਾਹੀ ਹੈ ਓਕੇ ਰਾਈਟ ਅਗੇਂਸਟ ਐਕਸਪਲੋਇਟੇਸ਼ਨ ਇਦੇ ਵਿੱਚ ਆਰਟੀਕਲ 23 ਤੇ ਆਰਟੀਕਲ 24 ਆ ਜਾਂਦੇ ਨੇ ਇਸ ਵਾਰ ਸਾਡੇ ਕੋਲ ਆਂਦੀ ਆ ਫਰੀडम ਆਫ ਰਿਲੀਜੀਅਨ ਇਹ ਸਭ ਨੂੰ ਫਰੀडम ਦੀ ਰਿਲੀਜੀਅਨ ਦਾ ਫਰੀडम ਆ ਰਿਲੀਜੀਅਨ ਦੀ ਆਜ਼ਾਦੀ ਆ ਕਿਹੜਾ ਮਰਜ਼ੀ ਇਨਸਾਨ ਕਿਹੜਾ ਮਰਜ਼ੀ ਰਿਲੀਜੀਅਨ ਫਾਲੋ ਕਰੇ ਚਾਹੇ ਨਾ ਫਾਲੋ ਕਰੇ ਚਾਹੇ ਇੱਕ ਤੋਂ ਵੱਧ ਫਾਲੋ ਕਰੇ ਕਿੰਨੀ ਮਰਜ਼ੀ ਉਹ ਪ੍ਰੈਕਟਿਸ ਕਰੇ ਕਿੱਥੇ ਮਰਜ਼ੀ ਪ੍ਰੈਕਟਿਸ ਕਰੇ ਉਹ ਗੈਦਰਿੰਗ ਕਰ ਸਕਦੇ ਆ ਆਪਣੇ ਰਿਲੀਜੀਅਨ ਨਾਲ ਰਿਲੇਟਡ ਉਹਦੇ ਕੋਲੇ ਆਜ਼ਾਦੀ ਆ ਠੀਕ ਹੈ ਇਹ ਆਪਣੇ ਆਰਟੀਕਲ ਆ ਜਾਂਦੇ ਨੇ ਰਾਈਟ ਟੂ ਫਰੀडम ਰਾਈਟ ਟੂ ਫਰੀडम ਆਫ ਰਿਲੀਜੀਅਨ ਵਾਲੇ ਆਰਟੀਕਲ ਆ ਜਾਂਦੇ ਨੇ 25 ਤੋਂ ਲੈ ਕੇ 28 ਤੱਕ ਇਸ ਤੋਂ ਬਾਅਦ ਆਪਣੇ ਕੋਲੇ ਕਲਚਰਲ ਐਂਡ ਐਜੂਕੇਸ਼ਨਲ ਰਾਈਟ ਮਤਲਬ ਕਿ ਕਲਚਰ ਦੀ ਸਾਨੂੰ ਆਜ਼ਾਦੀ ਆਸੀਂ ਆਪਣਾ ਕਲਚਰ ਪ੍ਰੋਫੈਸ ਕਰ ਸਕਦੇ ਹਾਂ ਤੇ ਅਸੀਂ ਆਪਣੀ ਐਜੂਕੇਸ਼ਨ ਨੂੰ ਵਧਾ ਚੜਾ ਕੇ ਅਸੀਂ ਆਪਣਾ ਐਜੂਕੇਸ਼ਨ ਦੇ ਵਿੱਚ ਫੀਲਡ ਦੇ ਵਿੱਚ ਆ ਸਕਦੇ ਹਾਂ ਇਹ ਆ ਜਾਂਦੇ ਨੇ ਆਰਟੀਕਲ 29 ਆਰਟੀਕਲ 3 ਇਸ ਤੋਂ ਬਾਅਦ ਲਾਸਟ ਆਰਟੀਕਲ ਕਹਿ ਰਿਹਾ ਹੈ ਕਿ ਅਗਰ ਤੁਹਾਨੂੰ ਉੱਪਰਲੇ ਸਾਰੇ ਆਰਟੀਕਲਾਂ ਦੇ ਵਿੱਚੋਂ ਕੋਈ ਵੀ ਆਰਟੀਕਲ ਨਹੀਂ ਮਿਲ ਰਿਹਾ ਉੱਪਰਲੇ ਸਾਰੇ ਆਰਟੀਕਲਸ ਦੇ ਵਿੱਚੋਂ ਕੋਈ ਵੀ ਆਰਟੀਕਲ ਤੇ ਤੁਹਾਡੇ ਨਾਲ ਵਿਤਕਰਾ ਹੋ ਰਿਹਾ ਹੈ ਤਾਂ ਤੁਸੀਂ ਡਾਇਰੈਕਟ ਮੂਵ ਕਰ ਸਕਦੇ ਹੋ ਟੂ ਸੁਪਰੀਮ ਕੋਰਟ ਤੁਸੀਂ ਸਿੱਧਾ ਸੁਪਰੀਮ ਕੋਰਟ ਜਾ ਸਕਦੇ ਹੋ ਆਰਟੀਕਲ 32 ਮੈਂ ਉਮੀਦ ਕਰਦਾ ਕਿ ਤੁਹਾਨੂੰ ਸਾਰੇ ਦੇ ਸਾਰੇ ਆਰਟੀਕਲ ਜਿਹੜੇ ਫੰਡਾਮੈਂਟਲ ਰਾਈਟਸ ਆਪਾਂ ਨੂੰ ਮਿਲਦੇ ਨੇ ਉਹ ਤੁਹਾਨੂੰ ਸਾਰੇ ਧਿਆਨ ਦੇ ਵਿੱਚ ਹੋਣਗੇ ਸਾਰੇ ਤੁਹਾਨੂੰ ਆਉਂਦੇ ਹੋਣਗੇ ਠੀਕ ਹੈ ਤੇ ਹੁਣ ਅਗਰ ਆਪਾਂ ਗੱਲ ਕਰੀਏ ਡੈਮੋਕ੍ਰੇਸੀ ਦੀ ਹਿਸਟਰੀ ਦੀ ਹਿਸਟਰੀ ਆਫ ਡੈਮੋਕ੍ਰੇਸੀ ਕਿ ਵੀ ਸਟਾਰਟਿੰਗ ਕਦੋਂ ਹੋਈ ਹੈ ਇਹਦੀ ਖਾਸ ਕਰਕੇ ਇੰਡੀਆ ਦੇ ਵਿੱਚ ਸਟਾਰਟਿੰਗ ਕਦੋਂ ਹੋਈ ਹੈ ਡੈਮੋਕ੍ਰੇਸੀ ਦੀ ਤਾਂ ਗਾਈਜ਼ ਆਪਾਂ ਨੇ ਇੱਕ ਹਿਸਟਰੀ ਦੇ ਵਿੱਚ ਟੌਪਿਕ ਕੀਤਾ ਹੈ ਮਹਾਜਨਪਦ ਮਹਾਜਨਪਦਾਂ ਦੇ ਵਿੱਚ ਇਸ ਤਰੀਕੇ ਨਾਲ ਡਾਇਰੈਕਟ ਜਿਹੜਾ ਡਿਸੀਜਨ ਉਹ ਲਏ ਜਾਂਦੇ ਹੁੰਦੇ ਸੀਗੇ ਲੋਕ ਇਕੱਠੇ ਬੈਠ ਕੇ ਮੀਟਿੰਗ ਕਰਦੇ ਸੀਗੇ ਤੇ ਡਿਸੀਜਨ ਲੈਂਦੇ ਸੀਗੇ ਤਾਂ ਇਹ ਮੰਨਿਆ ਜਾਂਦਾ ਹੈ ਕਿ ਜਿਹੜੇ ਗਣ ਸੰਗਾ ਹੋਏ ਸੀਗੇ ਜਾਂ ਗਨ ਰਾਜੇ ਹੋਏ ਸੀਗੇ ਮਤਲਬ ਕਿ ਜਿਹੜੇ ਮਹਾਜਨਪਦ ਸੀਗੇ ਉਹਨਾਂ ਦੇ ਟਾਈਮ ਦੇ ਵਿੱਚ ਆਪਣੇ ਇੱਥੇ ਡੈਮੋਕ੍ਰੇਸੀ ਚੱਲਦੀ ਹੁੰਦੀ ਸੀ ਠੀਕ ਹੈ ਸੋ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਡੈਮੋਕ੍ਰੇਸੀ ਦਾ ਜਿਹੜਾ ਕਨਸੈਪਟ ਹੈ ਡੈਮੋਕ੍ਰੇਸੀ ਦਾ ਜਿਹੜਾ ਆਪਣਾ ਕੰਟੈਂਟ ਆ ਬਹੁਤ ਅੱਛੇ ਤਰੀਕੇ ਨਾਲ ਸਮਝ ਆ ਗਿਆ ਹੋਊਗਾ ਠੀਕ ਹੈ ਇਸ ਵੀਡੀਓ ਦੇ ਵਿੱਚ ਗਾਈਜ਼ ਆਪਾਂ ਇੰਨਾ ਹੀ ਡਿਸਕਸ ਕਰਦੇ ਹਾਂ ਇੰਨਾ ਹੀ ਇਸ ਲੈਕਚਰ ਦੇ ਵਿੱਚ ਆਪਾਂ ਡਿਸਕਸ ਕਰਦੇ ਹਾਂ ਅਗਲੀ ਵੀਡੀਓ ਦੇ ਵਿੱਚ ਆਪਾਂ ਡੈਮੋਕ੍ਰੇਸੀ ਦੀਆਂ ਫੀਚਰਸ ਪੜ੍ਹਾਂਗੇ ਇੱਕ ਤਾਂ ਡੈਮੋਕਰੇਸੀ ਦੇ ਫੀਚਰਸ ਪੜ੍ਹਾਂਗੇ ਇੱਕ ਆਪਾਂ ਅਲੱਗ-ਅਲੱਗ ਫਾਰਮਸ ਆਫ ਡੈਮੋਕਰੇਸੀ ਫਾਰਮਸ ਆਫ ਗਵਰਨਮੈਂਟ ਪੜ੍ਹਾਂਗੇ ਕਿ ਡੈਮੋਕਰੇਸੀ ਤੋਂ ਇਲਾਵਾ ਹੋਰ ਕਿਹੜੀਆਂ-ਕਿਹੜੀਆਂ ਸਰਕਾਰਾਂ ਹੁੰਦੀਆਂ ਨੇ ਭਾਈ ਕਿ ਔਰ ਹੋਰ ਜਿਹੜੀਆਂ ਵੀ ਸਰਕਾਰਾਂ ਹੁੰਦੀਆਂ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਵਧੀਆ ਕਿਹੜੀ ਹੈ ਡੈਮੋਕਰੇਸੀ ਵਧੀਆ ਹੈ ਕੋਈ ਹੋਰ ਵਧੀਆ ਤੇ ਇਸ ਤੋਂ ਇਲਾਵਾ ਅਸੀਂ ਡਿਸਕਸ ਕਰਾਂਗੇ ਆਪਣੇ ਫੀਚਰਸ ਆਫ ਡੈਮੋਕਰੇਸੀ ਇਨ ਇੰਡੀਆ ਇੱਕ ਤਾਂ ਆਪਾਂ 올ਓਵਰ ਫੀਚਰ 올ਓਵਰ ਵਿਸ਼ੇਸ਼ਤਾਵਾਂ ਡਿਸਕਸ ਕਰਨੀਆਂ ਨੇ ਤੇ ਦੂਸਰਾ ਆਪਾਂ ਡਿਸਕਸ ਕਰਾਂਗੇ ਇਹਦੀਆਂ ਵਿਸ਼ੇਸ਼ਤਾਵਾਂ ਜਿਹੜੀਆਂ ਇੰਡੀਆ ਦੇ ਵਿੱਚ ਨੇ ਠੀਕ ਹੈ ਇੱਕ ਹਰ ਤਰ੍ਹਾਂ ਦੀ ਆਪਾਂ ਨੇ ਸਰਕਾਰ ਡਿਸਕਸ ਕਰਨੀ ਓਕੇ ਸੋ ਇਸ ਵੀਡੀਓ ਦੇ ਵਿੱਚ ਗਾਇਜ਼ ਐਨਹੀਂ ਬਹੁਤ ਬਹੁਤ ਧੰਨਵਾਦ ਥੈਂਕ ਯੂ